ਮੋਗੇ ਜ਼ਿਲ੍ਹੇ ਦੇ ਵਿੱਚ ਜਾਅਲੀ ਆਨੰਦ ਕਾਲਜ ਹੁੰਦੇ ਸੀਗੇ। ਜਾਅਲੀ ਵੀ ਇਸ ਤਰ੍ਹਾਂ ਦੇ ਹੁੰਦੇ ਸੀਗੇ, ਇੱਕੇ ਪਿੰਡ ਦੀ ਕੁੜੀ ਇੱਕੇ ਪਿੰਡ ਦਾ ਮੁੰਡਾ ਭੱਜ ਕੇ ਆ ਜਾਂਦੇ ਸੀਗੇ ਅਤੇ ਵਕੀਲ ਰਾਹੀਂ ਆ ਕੇ, ਇਹ ਬਾਬਾ ਅਮਰਜੀਤ ਸਿੰਘ ਗੁਰਦੁਆਰਾ ਪੜਾਓ ਸਾਹਿਬ ਹੈ, ਇੱਥੇ ਬਾਬਾ ਅਮਰਜੀਤ ਸਿੰਘ ਇੰਚਾਰਜ ਹੈ, ਜ਼ਿੰਮੇਵਾਰ ਹੈ, ਇਹਦੇ ਕੋਲ ਆ ਜਾਂਦੇ ਸੀ। ਇਹ ਆਨੰਦ ਕਾਰਜ ਕਰ ਦਿੰਦਾ ਸੀ, ਅੱਗੇ ਕੋਰਟ ਉਹਨੂੰ ਮਨਜ਼ੂਰੀ ਦੇ ਦਿੰਦਾ ਸੀਗਾ। ਮਾਮਲਾ ਮੋਗਾ ਨੇੜੇ ਪਿੰਡ ਮਟਵਾਣੀ ਦਾ ਹੈ, ਜਿੱਥੇ ਗੁਰਦੁਆਰਾ ਪੜਾਓ ਸਾਹਿਬ ਵਿਖੇ ਕੀਤੇ ਜਾਂਦੇ ਜਾਅਲੀ ਆਨੰਦ ਕਾਰਜਾਂ ਸੰਬੰਧੀ ਸਿੱਖ ਜਥੇਬੰਦੀਆਂ ਨੂੰ ਸ਼ਿਕਾਇਤ ਮਿਲੀ ਸੀ। ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਇਸ ਗੁਰਦੁਆਰਾ ਸਾਹਿਬ ਵਿਖੇ ਇੱਕੋ ਪਿੰਡ ਦੇ ਮੁੰਡੇ ਕੁੜੀ ਦਾ ਵਿਆਹ ਕਰਕੇ ਉਹਨਾਂ ਨੂੰ ਜਾਅਲੀ ਮੈਰਿਜ ਸਰਟੀਫਿਕੇਟ ਬਣਾ ਕੇ ਦਿੱਤੇ ਸੀ। ਇਸ ਸੰਬੰਧੀ ਪੜਤਾਲ ਕਰਨ ਲਈ ਸਤਿਕਾਰ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਜਦੋਂ ਗੁਰਦੁਆਰਾ ਸਾਹਿਬ ਪਹੁੰਚੀਆਂ, ਉੱਥੇ ਕੁਝ ਸਿੰਘਾਂ ਨੇ ਸੱਚਖੰਡ ਸਾਹਿਬ ਸੁੱਖ ਆਸਣ ਵਾਲਾ ਕਮਰਾ ਜਦੋਂ ਖੋਲ੍ਹਿਆ ਤਾਂ ਉੱਥੇ ਮਰੀਆਂ ਕਿਰਲੀਆਂ, ਮਰੇ ਚੂਹੇ ਅਤੇ ਹੋਰ ਗੰਦਗੀ ਪਾਈ ਗਈ। ਨਾਲ ਹੀ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਵੀ ਸਰੂਪ ਸਨ ਜੋ ਪ੍ਰਕਾਸ਼ ਨਹੀਂ ਸੀ ਕੀਤੇ ਜਾਂਦੇ ਅਤੇ ਕਾਫ਼ੀ ਖਰਾਬ ਹਾਲਤ ਵਿੱਚ ਮਿਲੇ। ਅੱਜ ਦਾ ਮਾਮਲਾ ਜਿਹੜਾ ਸੀਗਾ ਜੀ, ਮੋਗੇ ਜ਼ਿਲ੍ਹੇ ਦੇ ਵਿੱਚ ਜਾਅਲੀ ਆਨੰਦ ਕਾਲਜ ਹੁੰਦੇ ਸੀਗੇ। ਜਾਅਲੀ ਵੀ ਇਸ ਤਰ੍ਹਾਂ ਦੇ ਹੁੰਦੇ ਸੀਗੇ, ਇੱਕੇ ਪਿੰਡ ਦੀ ਕੁੜੀ ਇੱਕੇ ਪਿੰਡ ਦਾ ਮੁੰਡਾ ਭੱਜ ਕੇ ਆ ਜਾਂਦੇ ਸੀਗੇ ਅਤੇ ਵਕੀਲ ਰਾਹੀਂ ਆ ਕੇ, ਇਹ ਬਾਬਾ ਅਮਰਜੀਤ ਸਿੰਘ ਗੁਰਦੁਆਰਾ ਪੜਾਓ ਸਾਹਿਬ ਹੈ, ਇੱਥੇ ਬਾਬਾ ਅਮਰਜੀਤ ਸਿੰਘ ਇੰਚਾਰਜ ਹੈ, ਜ਼ਿੰਮੇਵਾਰ ਹੈ, ਇਹਦੇ ਕੋਲ ਆ ਜਾਂਦੇ ਸੀ। ਇਹ ਆਨੰਦ ਕਾਰਜ ਕਰ ਦਿੰਦਾ ਸੀ, ਅੱਗੇ ਕੋਰਟ ਉਹਨੂੰ ਮਨਜ਼ੂਰੀ ਦੇ ਦਿੰਦਾ ਸੀਗਾ। ਇਸ ਕਰਕੇ ਜਿਹੜਾ ਅਸੀਂ ਸੋਚਿਆ ਵੀ ਇਹ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚੋਂ ਪਹਿਲਾਂ ਆਨੰਦ ਕਾਰਜ ਹੋਣਾ, ਫਿਰ ਕੋਰਟ ਨੇ ਕਰਨਾ ਹੈ। ਅਤੇ ਅਸੀਂ ਇਸ 'ਤੇ ਜਦੋਂ ਇਹ ਸ਼ਿਕਾਇਤ ਮਿਲੀ, ਬਹੁਤ ਦੁੱਖ ਦੀ ਗੱਲ ਹੈ ਕਿ ਇੱਕ ਸ਼ਿਕਾਇਤ ਮਿਲੀ ਸੀ ਸਾਨੂੰ, ਅਤੇ ਇੱਥੇ ਅੱਜ ਪੰਜ ਪਰਿਵਾਰ ਆਏ ਬੈਠੇ ਆ ਜਿਨ੍ਹਾਂ ਦੇ ਇਸ ਤਰ੍ਹਾਂ ਦੇ ਆਨੰਦ ਕਾਰਜ ਇਹਨਾਂ ਨੇ ਕੀਤੇ ਹੈਗੇ। ਹਰਾਜ ਤੋਂ ਬੈਠੇ ਨੇ, ਧਰਮੂਗੋੜ ਤੋਂ ਸ਼ਿਕਾਇਤ ਆ ਗਈ ਹੈ, ਇੱਕ ਹੋਰ ਮੋਗੇ ਦੀ ਆ ਗਈ ਹੈ। ਜਾਣੀ ਆਹ ਤੁਹਾਡੀਆਂ ਵੀਡੀਓ ਦੇਖ ਕੇ ਨਾ ਸਾਡੇ ਕੋਲ ਇਹ ਆਪ ਮੰਨਿਆ, ਕਹਿੰਦਾ ਮੈਂ 10-15 ਆਨੰਦ ਕਾਰਜ ਇਸ ਤਰ੍ਹਾਂ ਦੇ ਮਹੀਨੇ ਦੇ ਵਿੱਚ ਕਰ ਦਿੰਦਾ ਸੀਗਾ। ਇਹਨੇ ਦੱਸਿਆ ਜਿਹੜਾ ਵਕੀਲ ਵਗੈਰਾ ਇਹਦੇ ਨਾਲ ਰਲੇ ਆ? ਹਾਂਜੀ, ਉਹ ਵਕੀਲਾਂ ਦੇ ਨਾਂ ਨਹੀਂ ਇਹਨੇ ਦੱਸਿਆ ਜੀ, ਇਹਨੂੰ ਪੁੱਛਣਾ ਸੀ। ਉਹ ਇੱਕ ਪੁੱਛ ਗਿੱਛ ਦਾ ਮਸਲਾ, ਪੁਲਿਸ ਵੀ ਕਰੂਗੀ ਆਪਦੀ ਪੜਤਾਲ, ਅਤੇ ਅਸੀਂ ਉਹ ਸਖਤਾਈ ਨਾਲੇ ਤੋਂ ਨਹੀਂ ਪੁੱਛ ਸਕਦੇ, ਪੁਲਿਸ ਪੁੱਛ ਸਕਦੀ ਹੈ। ਅਤੇ ਉਹ ਇਹਦੇ 'ਤੇ ਪਰਚਾ ਦਰਜ ਹੋਊਗਾ, ਬਕਾਇਦਾ ਇਹਦੀ ਪੁੱਛਗਿੱਛ ਹੋਊਗੀ, ਰਿਮਾਂਡ ਲਿਆ ਜਾਊਗਾ, ਫਿਰ ਉਦੋਂ ਬਾਅਦ ਜਾ ਕੇ ਇਹਦੇ 'ਤੇ ਜਿਹੜਾ ਸਾਡੀ ਸੱਚਾਈ ਸਾਹਮਣੇ ਆਉਣੀ ਹੈ। ਸਾਡੇ ਕੋਲ ਜਿਹੜੀ ਸੱਚਾਈ ਆਈ ਹੈ ਮੰਨਿਆ, ਸਾਡੇ ਕੋਲ ਤੁਹਾਡੇ ਇੱਥੇ ਹੀ ਬੈਠਾ ਹੈਗਾ, ਉਹਨੂੰ ਪੁੱਛ ਲਿਓ ਵੀ ਸਕਦੀ। ਇਹ ਆਪ ਮੰਨਿਆ ਵੀ ਮੈਂ ਹਾਂ ਜਾਅਲੀ ਲੰਚ ਕਰ, ਸਾਡੇ ਕੋਲ ਇੱਕ ਮੰਨਦਾ ਸੀ ਪਹਿਲਾਂ, ਅਤੇ ਗਾਂਹ ਦੀ ਗਾਂਹ ਹੁਣ ਹੋਰ ਬਹੁਤ ਤੁਰੇ ਆਉਂਦੇ, ਹੁਣ ਦੂਜੇ ਵੀ ਮੰਨੀ ਜਾਂਦਾ, ਹੁਣ ਤਾਂ 15 ਤੱਕ ਮੰਨ ਗਿਆ ਸਾਡੇ ਕੋਲ, ਮਹੀਨੇ 'ਚ 15 ਕਰ ਦਿੰਦਾ ਸੀ ਮੈਂ। ਇਸ ਕਰਕੇ ਬਹੁਤ ਦੁੱਖ ਦੀ ਰਾਗ ਆ, ਸਾਡੀ ਮਾਂ ਪਿਓ ਦੀ ਦੁੱਖ ਦੀ ਰਾਗ ਹੈ, ਸਾਡੇ ਸਮੁੱਚੇ ਪੰਥ ਦੀ ਪਰਿਵਾਰ ਦੀ ਦੁੱਖ ਦੀ ਰਾਗ ਹੈ ਇਹ। ਅਤੇ ਇਸ ਕਰਕੇ ਇਹਦੇ 'ਤੇ ਕੰਟਰੋਲ ਕਰਨਾ ਬਹੁਤ ਲਾਜ਼ਮੀ ਸੀਗਾ। ਬੱਚਿਆਂ ਦਾ ਕਸੂਰ ਤਾਂ ਇੰਨਾ ਕੀ ਹੁੰਦਾ ਵੀ ਉਹ ਇੱਕ ਦੂਜੇ ਨੂੰ ਪਿਆਰ ਕਰ ਬਹਿੰਦੇ ਆ, ਪਰ ਉਹਨਾਂ ਨੂੰ ਇਸ ਗੱਲ ਦੀ ਜਿਹੜੀ ਗਾਂਹ ਕਦਮ ਪੁੱਟਣ ਵਾਸਤੇ, ਉਹ ਇਹ ਇੱਥੋਂ ਸ਼ੁਰੂ ਹੁੰਦਾ ਕਦਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਇਕੱਤਰਤਾ ਇਹ ਮੋਗਾ ਸ਼ਹਿਰ ਦੀਆਂ ਪੰਥਕ ਜਥੇਬੰਦੀਆਂ ਵੱਲੋਂ ਆ। ਮੋਗਾ ਸ਼ਹਿਰ ਦੀਆਂ ਜਥੇਬੰਦੀਆਂ ਨੂੰ ਪਿਛਲੇ ਦਿਨੀ ਕੋਈ ਸ਼ਿਕਾਇਤ ਮਿਲੀ ਸੀ ਵੀ ਮੋਗੇ ਦੇ ਨੇੜੇ ਤੇੜੇ ਜਾਂ ਮੋਗੇ ਸ਼ਹਿਰ ਦੇ ਵਿੱਚ ਜਾਅਲੀ ਆਨੰਦ ਕਾਰਜ ਹੋ ਰਹੇ। ਅਸੀਂ ਉਹਦੀ ਪੜਤਾਲ ਕੀਤੀ, ਪਤਾ ਲੱਗਾ ਵੀ ਇਹ ਪਿੰਡ ਮਹਿਣਾ ਅਤੇ ਜੈ ਅਜੀਤਵਾਲ ਦੇ ਸੰਨ 'ਚ ਪਿੰਡ ਗੁਰਦੁਆਰਾ ਸੀਗਾ, ਗੁਰਦੁਆਰਾ ਪੜਾਓ ਸਾਹਿਬ, ਜਿੱਥੋਂ ਦਾ ਮੁੱਖ ਪ੍ਰਬੰਧਕ ਬਾਬਾ ਅਮਰਜੀਤ ਸਿੰਘ ਆ। ਇਹ ਬਹੁਤ ਸਮੇਂ ਪਿਛਲੇ ਸਮੇਂ ਤੋਂ ਹੀ ਆਨੰਦ ਕਾਰਜ ਇੱਥੇ ਜਾਅਲੀ ਹੋ ਰਹੇ ਆ। ਉਹ ਪੜਤਾਲ ਕੀਤੀ ਗਈ, ਪੜਤਾਲ ਦੇ ਵਿੱਚ ਉਹ ਪਾਇਆ ਗਿਆ ਵੀ ਉਹ ਕਹਿੰਦਾ ਵੀ ਮੈਂ ਸਹੀ ਆਇਆ, ਬਿਲਕੁਲ ਜੋ ਕੀਤਾ ਉਹ ਮੇਰੀ ਗਲਤੀ ਆ, ਉਹ ਗਲਤੀ ਮੰਨ ਗਿਆ ਇਸ ਗੱਲ ਦੀ। ਜਦੋਂ ਜਥੇਬੰਦੀਆਂ ਉੱਥੇ ਗਈਆਂ ਅਤੇ ਪਰ ਮੌਕੇ 'ਤੇ ਮੌਜੂਦ ਨਹੀਂ ਸੀਗਾ ਉਸ ਟਾਈਮ, ਬਾਬਾ ਅਮਰਜੀਤ ਕਹਿੰਦਾ ਮੈਂ ਤਾਂ ਲੁਧਿਆਣੇ ਗਿਆ ਹੋਇਆ ਵਾਂ, ਤੁਸੀਂ ਪਰਸੋਂ ਆ ਜਾਓ ਜਾਂ ਸ਼ਾਮ ਨੂੰ ਆ ਜਾਓ, ਬਾਅਦ 'ਚ ਆ ਜਾਓ। ਪਰ ਜਥੇਬੰਦੀਆਂ ਮੌਜੂਦ ਸੀਗੀਆਂ, ਫਿਰ ਉਹ ਸਮਾਂ ਪੈਣ 'ਤੇ ਕਹਿਣ ਲੱਗਾ ਚਲੋ ਮੈਂ ਅੱਧੇ ਪੌਣੇ ਘੰਟੇ ਤੱਕ ਆ ਜਾਂਦਾ ਵਾਂ। ਜਦੋਂ ਅੱਧੇ ਪੌਣੇ ਘੰਟੇ ਦੇ ਵਿੱਚ ਜਥੇਬੰਦੀਆਂ ਨੇ ਸੇਵਾ ਸੰਭਾਲ ਦਰਸ਼ਨ ਦੇ ਦੁਆਰੇ ਕੀਤੇ ਗੁਰੂ ਸਾਹਿਬ ਦੇ, ਸੱਚਖੰਡ ਦੇ ਵਿੱਚ ਗਈਆਂ ਅਤੇ ਬਹੁਤ ਜ਼ਿਆਦਾ ਉੱਥੇ ਬੁਰਾ ਹਾਲ ਸੀਗਾ ਸਫਾਈ ਵੱਲੋਂ, ਕਿਉਂਕਿ ਭਾਈ ਅਮਰਜੀਤ ਸਿੰਘ ਜਾਂ ਗ੍ਰੰਥੀ ਸਿੰਘ ਸੱਚਖੰਡ 'ਚ ਕੋਈ ਨਹੀਂ ਜਾਂਦਾ ਸੀਗਾ। ਥੱਲੇ ਗੁਰੂ ਸਾਹਿਬ ਦੇ ਪ੍ਰਕਾਸ਼ ਸੀਗੇ, ਉੱਥੇ ਹੀ ਗੁਰੂ ਸਾਹਿਬ ਦਾ ਸੁੱਖ ਆਸਣ ਕਰ ਦਿੰਦੇ ਸੀਗੇ ਜਾਂ ਸੁੱਖ ਆਸਣ ਉੱਤੇ ਵੀ ਕਰਦੇ ਸੀ, ਪਰ ਉੱਥੇ ਸਫਾਈ ਦਾ ਬਹੁਤ ਬੁਰਾ ਹਾਲ ਸੀਗਾ। ਜਿਹੜੇ ਹੁਣ ਤੁਸੀਂ ਗੱਲ ਕਹੀ ਵੀ ਗੁਰੂ ਸਾਹਿਬ ਦੇ ਸਰੂਪ ਲਿਆਉਣੇ ਪਏ, ਸਰੂਪ ਸਾਨੂੰ ਇਸੇ ਕਰਕੇ ਲਿਆਉਣੇ ਪਏ ਵੀ ਉੱਥੇ ਸਫਾਈ ਇੰਨੀ ਮਾੜੀ ਹਾਲਤ ਸੀਗੀ, ਅਤੇ ਉੱਥੇ ਪਿੰਡ ਦੇ ਮੋਹਤਵਾਰ ਬੰਦੇ DSP ਸਾਹਿਬ ਮਨਜੀਤ ਸਿੰਘ ਉੱਥੇ ਆਏ ਸੀ, ਉਹਨਾਂ ਨੂੰ ਵੀ ਦਿਖਾਇਆ, ਪਿੰਡ ਦੇ ਮੋਹਤਵਾਰਾਂ ਨੂੰ ਦਿਖਾਇਆ, ਅਮਰਜੀਤ ਸਿੰਘ ਉੱਥੇ ਮੌਜੂਦ ਸੀਗਾ ਉਹਨੂੰ ਦਿਖਾਇਆ ਸਫਾਈ ਦਾ ਹਾਲ, ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਸੀਗੇ ਉਹ ਵੀ ਦਿਖਾਏ ਵੀ ਇਸ ਤਰ੍ਹਾਂ ਕਿਵੇਂ ਕਿਸ ਤਰੀਕੇ ਨਾਲ ਜੁੜੇ ਪਏ ਆ। ਅਤੇ ਇਹ ਸਾਨੂੰ ਕਾਰਵਾਈ ਜਿਹੜੀ ਆਹ ਗੁਰੂ ਸਾਹਿਬ ਦੇ ਸਰੂਪ ਲਿਆਉਣ ਲਈ ਸਾਨੂੰ ਤਾਂ ਕਾਰਵਾਈ ਕਰਨੀ ਪਈ ਆ, ਸਰੂਪ ਲਿਆਉਣੇ ਪਏ ਵੀ ਉੱਥੇ ਸਫਾਈ ਦਾ ਬਹੁਤ ਮਾੜਾ ਹਾਲ ਸੀਗਾ। ਅਤੇ ਜਿਹੜੀ ਕਾਰਵਾਈ ਅਸੀਂ ਗਏ ਸੀਗੇ ਉਹ ਸੀਗੀ ਜਿਹੜੇ ਜਾਅਲੀ ਆਨੰਦ ਕਾਰਜ ਕਰਦਾ ਸੀ, ਜਦੋਂ ਆਇਆ ਤਾਂ ਉਹ ਮਾਫ਼ੀ ਮੰਗਣ ਲੱਗ ਗਿਆ ਵੀ ਮੇਰੇ ਤੋਂ ਜਾਅਲੀ ਆਨੰਦ ਕਾਰਜ ਹੋਇਆ।
ਅੱਜ ਜਦੋਂ ਅਸੀਂ ਆ ਜਥੇਬੰਦੀਆਂ ਜਨੇਰ ਦੇ ਵਿੱਚ ਆਈਆਂ ਜਿੱਥੇ ਗੁਰੂ ਸਾਹਿਬ ਸਰੂਪ ਬਿਰਾਜਮਾਨ ਕੀਤੇ ਆ, ਅਤੇ ਉੱਥੇ ਦੋ ਤਿੰਨ ਪਰਿਵਾਰ ਹੋਰ ਆ ਗਏ। ਇੱਕ ਹਰਾਜ ਤੋਂ ਆ ਗਿਆ ਪਰਿਵਾਰ, ਇੱਕ ਧਰਮਕੋਟ ਤੋਂ ਆ ਗਿਆ। ਉਹ ਕਹਿੰਦੇ ਸਾਡੇ ਵੀ ਇੱਥੇ ਆਨੰਦ ਘਰ ਹੋਏ ਜਾਲੀ ਸਾਡੀਆਂ ਬੱਚੀਆਂ ਦੇ ਵੀ, ਅਤੇ ਅਸੀਂ ਇਹਨਾਂ ਨੂੰ ਬੇਨਤੀ ਕਰਤੀ ਅਮਰਜੀਤ ਸਿੰਘ ਨੂੰ ਵੀ ਦੇਖੋ ਇੱਕ ਪਰਿਵਾਰ ਇੱਕ ਮਾਂ ਬਾਪ ਕੁੜੀ ਨੂੰ ਪੜ੍ਹਾ ਲਿਖਾ ਕੇ 20-22 ਸਾਲ ਤੱਕ ਉਹ ਚਾਹੁੰਦਾ ਵੀ ਮੈਂ ਆਪਦੀ ਬੱਚੀ ਨੂੰ ਨਾ ਬਾਹਰ ਕਨੇਡਾ ਅਮਰੀਕਾ ਭੇਜਾਂ, ਅਤੇ ਉਹ ਬੱਚੀ ਦਿਮਾਗ ਫਰੈਸ਼ ਹੋਣ ਕਰਕੇ ਮਾੜੀ ਸੰਗਤ ਦੇ ਵਿੱਚ ਪੈ ਕੇ ਜਦੋਂ ਬੱਚੀਆਂ ਇਹ ਰਸਤਾ ਚੁਣਦੀਆਂ, ਅਤੇ ਉਦੋਂ ਜਿਹੜਾ ਮਾਂ ਪਿਓ ਆ ਉਹਦਾ ਫਿਰ ਜਿਉਣਾ ਦੁੱਭਰ ਹੋ ਜਾਂਦਾ। ਉਹ ਮਾਂ ਪਿਓ ਕਿਸੇ ਵੱਲੀ ਅੱਖ ਚੱਕ ਕੇ ਨਹੀਂ ਵੇਖ ਸਕਦਾ ਗਾ। ਅਤੇ ਪਰ ਅਮਰਜੀਤ ਸਿੰਘ ਨੇ ਬਹੁਤ ਮਾੜਾ ਕੰਮ ਕੀਤਾ, ਜਿਹੜਾ ਬਹੁਤ ਪਿਛਲੇ ਸਮੇਂ ਤੋਂ ਇਹ ਇੱਥੇ ਜਾਅਲੀ ਆਨੰਦ ਕਾਰਜ ਕਰ ਰਹੇ ਆ। ਜਾਅਲੀ ਆਨੰਦ ਕਾਰਜ ਕਰਨ ਦਾ ਮਤਲਬ ਇਹੀ ਆ ਵੀ ਬੱਚਿਆਂ ਨੂੰ ਉਤਸ਼ਾਹਿਤ ਕਰਨਾ ਵੀ ਤੁਸੀਂ ਘਰੋਂ ਭੱਜੋ, ਅਸੀਂ ਆਨੰਦ ਕਾਰਜ ਕਰਾਂਗੇ, ਉਦੋਂ ਬਾਅਦ ਤੁਹਾਨੂੰ ਸਰਟੀਫਿਕੇਟ ਮਿਲ ਜਾਣਗੇ। ਕੀ ਪੈਸੇ ਵਗੈਰਾ ਲੈਂਦੇ ਸੀ ਸਰਟੀਫਿਕੇਟ ਬਣਾਉਣ ਦੇ? ਪੈਸੇ ਦੇਖੋ ਆਪਾਂ ਨੂੰ ਸਭ ਨੂੰ ਪਤਾ ਵੀ ਇਹ ਜਿਹੜੇ ਆਨੰਦ ਕਾਰਜ ਆ ਇਹ ਕਰਾਉਂਦੇ ਹੈਗੇ ਵਕੀਲ, ਅਤੇ ਵਕੀਲ ਦੇ ਕੋਲ ਜਦੋਂ ਇਹੋ ਜਿਹਾ ਕੋਈ ਜੋੜਾ ਜਾਂਦਾ ਮੁੰਡਾ ਜਾਂਦਾ, ਵਕੀਲ ਪੈਸੇ ਦੱਸਦੇ ਆ ਵੀ ਅਸੀਂ 25,000 ਲਵਾਂਗੇ 50,000 ਲਵਾਂਗੇ, ਉਹ ਕਹਿੰਦੇ ਵੀ ਪੈਸਿਆਂ ਦੀ ਕੋਈ ਗੱਲ ਨਹੀਂ ਤੁਸੀਂ ਸਾਡਾ ਕਾਰਜ ਕਰ ਦਿਓ। ਅਤੇ ਫਿਰ ਉਹ ਨਾਲ ਹੀ ਵਕੀਲ ਦੱਸ ਦਿੰਦੇ ਆ ਵੀ ਜਿਹੜਾ ਆਨੰਦ ਕਾਰਜ ਆ ਉਹ ਛੇਤੀ ਕਿਤੇ ਕੋਈ ਕਰਦਾ ਨਹੀਂ ਗੁਰਦੁਆਰਾ, ਅਸੀਂ ਸਪੈਸ਼ਲ ਕਰਾਉਂਦੇ ਆਨੰਦ ਕਾਰਜ, ਉਹਦੀ ਫੀਸ ਵੱਖਰੀ ਆ। ਹੋ ਸਕਦਾ ਵੀ ਉਹ 10,000 ਰੁਪਇਆ ਕਹਿੰਦੇ 15 ਕਹਿੰਦੇ ਹੋਣ, ਅਤੇ ਜਿਹੜੇ ਉਹ ਬੱਚੇ ਹੁੰਦੇ ਉਹ ਕਹਿੰਦੇ ਦੇਵਾਂਗੇ ਜੀ। ਜਿਹੜੇ ਵਕੀਲ ਵੀ ਰਲੇ ਇਹਨਾਂ ਨਾਲ, ਤੁਸੀਂ ਕੀ ਉਹਨਾਂ 'ਤੇ ਵੀ ਕਾਰਵਾਈ ਕਰਾਉਂਦੇ? ਉਹਨਾਂ ਨੂੰ ਵੀ, ਉਹਨਾਂ ਦੀ ਜਿਹੜੀ ਐਸੋਸੀਏਸ਼ਨ ਬਣੀ ਆ ਉਹਨਾਂ ਨੂੰ ਵੀ ਮਿਲਾਂਗੇ, ਇਹਨਾਂ 'ਤੇ ਕੰਟਰੋਲ ਕਰਨਾ ਪਊਗਾ, ਅਤੇ ਕਿਉਂਕਿ ਬੱਚੇ ਉਹਨਾਂ ਦੇ ਵੀ ਆ। ਇਹ ਬੱਚੇ ਜਦੋਂ ਬੱਚੀਆਂ ਕਿਸੇ ਦੀ ਵੀ ਬੱਚੀ ਨੁਕਸਾਨ ਕਰ ਸਕਦੀ, ਮਾਤਾ ਪਿਤਾ ਦੀ ਬੇਇੱਜ਼ਤੀ ਕਰ ਸਕਦੀ ਹੈ, ਇਸ ਕਰਕੇ ਉਹਨਾਂ ਪਰਿਵਾਰਾਂ ਨੂੰ ਉਹਨਾਂ ਵਕੀਲਾਂ ਨੂੰ ਵੀ ਮਿਲਾਂਗੇ ਵੀ ਤੁਸੀਂ ਇਸ 'ਤੇ ਕੰਟਰੋਲ ਕਰੋ ਸਾਰਿਆਂ ਦਾ। ਬਿਲਕੁਲ ਜੀ, ਇਸ ਅਮਰਜੀਤ ਸਿੰਘ 'ਤੇ ਕਾਨੂੰਨੀ ਕਾਰਵਾਈ ਹੋਊਗੀ। ਅਤੇ ਜਿਹੜੀ ਸੇਵਾ ਸੰਭਾਲ ਦੀ ਗੱਲ ਆ, ਗੁਰੂ ਸਾਹਿਬ ਦੇ ਸਰੂਪ ਲਿਆਉਣ ਦੀ ਗੱਲ ਆ, ਉਹ ਜਦੋਂ ਸੇਵਾ ਸੰਭਾਲ ਪਿੰਡ ਵਾਲੇ ਜਾ ਕੇ ਉੱਥੇ ਕਮੇਟੀ ਬਣ ਜੂਗੀ, ਅਤੇ ਉਸੇ ਤਰ੍ਹਾਂ ਪ੍ਰਸ਼ਾਸਨ ਦੀ ਜਾਂ ਬਾਬਾ ਜੀ ਦੀ ਜ਼ਿੰਮੇਵਾਰੀ ਦੇ ਵਿੱਚ ਜਾਂ ਉਸ ਸੰਗਤ ਦੇ ਹਾਜ਼ਰੀ ਦੇ ਵਿੱਚ ਹੀ ਸਰੂਪ ਉੱਥੇ ਛੱਡ ਕੇ ਆਵਾਂਗੇ। ਬਹੁਤ ਜ਼ਿਆਦਾ ਬੇਅਦਬੀ ਹੋ ਰਹੀ ਹੈ। ਸਭ ਤੋਂ ਮਾੜੀ ਗੱਲ ਆਹੀ ਹੈ ਜਿਹੜੇ ਆਨੰਦ ਕਾਰਜ ਜਾਅਲੀ ਆਨੰਦ ਕਾਰਜ ਕਰਨੇ, ਬਹੁਤ ਮਾੜੀ ਗੱਲ ਆ। ਇਹ ਬੱਚਿਆਂ ਨੂੰ ਉਤਸ਼ਾਹਿਤ ਕਰਨ ਗੱਲ ਆ, ਅਤੇ ਮਾਤਾ ਪਿਤਾ ਦਾ ਸਿਰ ਨੀਵਾਂ ਹੋ ਜਾਂਦਾ, ਉਹ ਮਾਤਾ ਪਿਤਾ ਵੇਖ ਨਹੀਂ ਸਕਦਾ, ਇਸ ਕਰਕੇ ਬਹੁਤ ਮਾੜੀ ਗੱਲ ਆ। ਕਾਰਨ ਇਹ ਬਣਿਆ ਜੀ ਵੀ ਜਿਹੜੀ ਸਾਨੂੰ ਸੂਚਨਾ ਮਿਲੀ ਸੀ ਉਹ ਸਿਰਫ ਇੰਨਾ ਕੁ ਪਤਾ ਸੀਗਾ ਵੀ ਇੱਥੇ ਜਾਅਲੀ ਆਨੰਦ ਕਾਰਜ ਹੁੰਦੇ ਆ। ਉਸ ਪੜਤਾਲ ਦੀ ਬਾਅਦ ਕੁਛ ਕੁ ਸਬੂਤ ਸਾਡੇ ਕੋਲ ਆਏ, ਅਤੇ ਜਦੋਂ ਅਸੀਂ ਉੱਥੇ ਜਾ ਕੇ ਦੇਖਿਆ ਤਾਂ ਬਾਬਾ ਜੀ ਉੱਥੇ ਮੌਜੂਦ ਨਹੀਂ ਸੀਗੇ। ਬਾਅਦ 'ਚ ਸਿੰਘਾਂ ਨੇ ਜਦੋਂ ਜਾ ਕੇ ਉੱਪਰ ਗੁਰੂ ਸਾਹਿਬ ਦੀ ਸੇਵਾ ਦੇਖੀ ਸੁੱਖ ਆਸਣ ਵਾਲੇ ਕਮਰੇ ਦੇ ਵਿੱਚ, ਉੱਥੇ ਚਲੋ ਪਹਿਲਾਂ ਸਿੰਘਾਂ ਨੇ ਬੋਲਿਆ ਨਹੀਂ, ਬੋਲਣਾ ਨਹੀਂ ਸੀ ਚਾਹੁੰਦੇ, ਪਰ ਉਹ ਵੀਰ ਨੇ ਹੀ ਆਪਦੀ ਗਲਤੀ ਮੰਨ ਲਈ ਆ ਵੀ ਉੱਥੇ ਮੀਂਗਣਾ ਵਗੈਰਾ ਜਾਂ ਹੋਰ ਵੀ ਬੜੀਆਂ ਕਿਰਲੀਆਂ ਸੱਚਖੰਡ ਦੇ ਵਿੱਚ ਸੀਗੀਆਂ, ਅਤੇ ਜਿਹੜੇ 6 ਸਰੂਪ ਆ ਉਹ ਕਦੇ ਪ੍ਰਕਾਸ਼ ਹੀ ਨਹੀਂ ਕੀਤੇ ਗਏ। ਉਹ ਸਰੂਪ ਇੱਕ ਦੂਜੇ ਦੇ ਨਾਲ ਇੱਦਾਂ ਜੁੜੇ ਹੋਏ ਸੀਗੇ, ਜਿੱਦਾਂ ਸੈੱਲ ਚੜ੍ਹ ਕੇ ਇੱਕੋ ਸਰੂਪ ਹੀ ਪ੍ਰਕਾਸ਼ ਕੀਤਾ ਜਾਂਦਾ ਸੀਗਾ, ਉਹੀ ਸੁੱਖ ਆਸਣ ਕਰਕੇ ਫਿਰ ਪ੍ਰਕਾਸ਼ ਜਿਹੜੀ ਉੱਥੇ ਉਹ ਘੋਰ ਬੇਅਦਬੀ ਹੋਈ ਆ। ਜਿਹੜੇ ਜਾਅਲੀ ਜਿਹੜੇ ਆਨੰਦ ਕਾਰਜਾਂ ਵਾਲੀ ਗੱਲ ਸੀ ਉਹ ਇੱਕ ਤਾਂ ਨਹੀਂ, ਉਹ ਲਗਾਤਾਰ ਜਿਹੜੇ ਫੋਨ ਵੀ ਆਏ ਆ, ਅਤੇ ਕੁਛ ਕੁ ਪਰਿਵਾਰ ਇੱਥੇ ਪਹੁੰਚੇ ਵੀ ਆ ਜਿਹੜੇ ਜਾਅਲੀ ਸਰਟੀਫਿਕੇਟ ਬਣਾਏ ਜਾਂਦੇ ਸੀ। ਜੇ ਕੁੜੀ ਮੁੰਡਾ ਇਕੱਲੇ ਆਉਂਦੇ ਸੀ ਕੋਈ ਉਹਨਾਂ ਦਾ ਪਰਿਵਾਰਕ ਮੈਂਬਰ ਨਹੀਂ ਦੇਖਿਆ ਜਾਂਦਾ ਸੀਗਾ, ਉਹਨਾਂ ਦੋਵਾਂ ਦੇ ਕੁੜੀ ਮੁੰਡੇ ਦੇ ਆਨੰਦ ਕਾਰਜ ਕਰਕੇ ਗੁਰਮਤੀਆਂ ਜਿਹੜੀਆਂ ਉੱਥੇ ਧੱਜੀਆਂ ਵੀ ਉਡਾਈਆਂ ਜਾਂਦੀਆਂ ਸੀਗੀਆਂ। ਆਨੰਦ ਕਾਰਜ ਜਿਹੜੇ ਦੋਨਾਂ ਜਿਹੜੇ ਦੋ ਆਉਂਦੇ ਸੀ ਉਹਨਾਂ ਨੂੰ ਕਰਕੇ ਅਤੇ ਗ੍ਰੰਥੀ ਸਿੰਘ ਤੋਰ ਦਿੰਦਾ ਸੀਗਾ। ਮੰਗ ਅਜੇ ਵਿਚਾਰ ਕਰ ਰਹੇ ਹਾਂ ਜੀ, ਜਿਹੜਾ ਹੈਗਾ ਅਸੀਂ ਪ੍ਰਸ਼ਾਸਨ ਨੂੰ ਦੇ ਰਹੇ ਹਾਂ ਇਹਨਾਂ ਦੇ ਖਿਲਾਫ਼ ਕਾਰਵਾਈ ਵਾਸਤੇ। ਜਿਹੜੇ ਗੁਰੂ ਸਾਹਿਬ ਦੇ 7 ਸਰੂਪ ਆ ਉਹ ਅਸੀਂ ਉੱਥੋਂ ਲਿਆਣ ਕੇ ਜਨੇਰ ਗੁਰਦੁਆਰਾ ਸਾਹਿਬ ਵਿਖੇ ਬਿਰਾਜਮਾਨ ਕਰਤੇ ਆ, ਅਤੇ ਅਸੀਂ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਸਾਹਿਬ ਨੂੰ ਜਿਹੜਾ ਹੈਗਾ ਇਸ ਸੰਬੰਧੀ ਜਿਹੜੀ ਹੈਗੀ ਆ ਸੂਚਿਤ ਕਰ ਰਹੇ ਹਾਂ, ਅਤੇ ਮੈਨੇਜਰ ਜਿਹੜੇ ਦੀਨਾ ਸਾਹਿਬ ਉਹਨਾਂ ਨੂੰ ਅਸੀਂ ਦੱਸ ਦਿੱਤਾ ਇਸ ਮਸਲੇ ਬਾਰੇ। ਅਮਰਜੀਤ ਜੀ, ਸਤਿਕਾਰ ਕਮੇਟੀ ਵੱਲੋਂ ਤੁਹਾਡੇ 'ਤੇ ਦੋਸ਼ ਲਾਏ ਜਾ ਰਹੇ ਕਿ ਜਾਅਲੀ ਆਨੰਦ ਕਾਰਜ ਹੁੰਦੇ ਸੀ, ਮਹਾਰਾਜ ਦੇ ਸਰੂਪਾਂ ਦੀ ਸਹੀ ਤਰੀਕੇ ਨਾਲ ਜਿਹੜੀ ਸੇਵਾ ਸੰਭਾਲ ਨਹੀਂ ਕੀਤੀ ਜਾਂਦੀ, ਕੀ ਕਹਿਣਾ ਚਾਹੁੰਦੇ? ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਜਿਹੜੇ ਆਨੰਦ ਕਾਰਜ ਹੁੰਦੇ ਸੀ ਉਹ ਮੈਨੂੰ ਇੰਨਾ ਪਤਾ ਨਹੀਂ ਸੀ, ਆਪਣੀ ਉਮਰ ਘੱਟ ਦੇਖ ਕੇ ਮੈਂ ਕਰਦਾ ਸੀਗਾ, ਉਹ ਮੇਰੀ ਗਲਤੀ ਆ ਜਿਹੜੀ ਵੀ ਹੋਈ ਆ, ਮੈਂ ਪਛਤਾਵਾ ਕਰਦਾ ਕਰਨਾ। ਨਹੀਂ ਨਹੀਂ, ਤੁਸੀਂ ਮਾਂ ਪਿਓ ਦੀ ਜਦੋਂ ਹਾਜ਼ਰੀ ਨਹੀਂ ਤੇ ਤੁਸੀਂ ਫਿਰ ਘਰ ਕਿਹੜੇ ਲਾਲਚ ਜਾ ਕੇ ਕਰਦੇ ਸੀ? ਉਮਰ ਦਾ ਕੀ ਰਹਿ ਗਿਆ ਵੀ ਘੱਟ ਉਮਰ ਵਾਲੀ ਜੀ ਤਾਂ ਕੋਈ ਗੱਲ ਹੀ ਨਹੀਂ ਰਹਿ ਗਈ। ਗੱਲ ਤਾਂ ਇਹ ਰਹਿ ਗਈ ਵੀ ਤੁਸੀਂ ਜਾਅਲੀ ਸਰਟੀਫਿਕੇਟ ਬਣਾ ਕੇ ਦਿੰਦੇ ਆ ਜਵਾਕਾਂ ਦੇ ਆਨੰਦ ਕਾਰਜ ਕਰਾਉਣੇ, ਉਦੋਂ ਬਾਅਦ ਤੁਸੀਂ ਵਕੀਲਾਂ ਨੂੰ ਮਿਲਾਉਣੇ ਆ ਵੀ ਵਕੀਲ ਉਹਦੀ ਮੈਰਿਜ ਰਜਿਸਟਰ ਕਰਾਉਣੇ? ਨਹੀਂ, ਵਕੀਲ ਆਪ ਹੀ ਲੈ ਕੇ ਆਉਂਦੇ ਸੀ ਮੇਰੇ ਕੋਲ। ਕਿਹੜੇ ਵਕੀਲ ਆਉਂਦੇ ਸੀ ਤੁਹਾਡੇ ਕੋਲ? ਕਈ ਵਕੀਲ ਸੀਗੇ। ਕਿਹੜੇ ਕਿਹੜੇ ਵਕੀਲ ਸੀ, ਨਾਂ ਦਾ ਤੁਹਾਨੂੰ ਪਤਾ ਹੀ ਹੋਊਗਾ? ਨਹੀਂ, ਵਕੀਲ ਆਪ ਹੀ ਭੇਜ ਦਿੰਦੇ ਸੀ ਇੱਥੇ, ਉਹ ਆਪ ਹੀ ਕਰਾਉਂਦੇ। ਤੁਹਾਨੂੰ ਕਿਵੇਂ ਵਕੀਲ ਜਾਣਦੇ ਸੀ, ਉਹਨਾਂ ਨੂੰ ਕੀ ਪਤਾ ਸੀ ਵੀ ਤੁਹਾਡੇ ਗੁਰਦੁਆਰੇ 'ਚ ਇਕੱਲੇ ਆਨੰਦ ਕਾਰਜ ਹੁੰਦੇ ਆ? ਗੁਰਦੁਆਰੇ ਤਾਂ ਬਹੁਤ ਆ ਮੋਗੇ ਦੇ ਵਿੱਚ, ਹੋਰ ਵੀ ਬਹੁਤ। ਮੈਂ ਗੱਲ 'ਤੇ ਪਛਤਾਵਾ ਕਰਦਾ ਵਾਂ, ਜਿਹੜੀ ਵੀ ਗੱਲ ਹੋਈ ਆ ਮੈਂ ਆ ਰਿਹਾ ਤੋਂ ਮਾਫ਼ੀ ਮੰਗਦਾ ਸਾਰੀ ਸੰਗਤ।
ਨਹੀਂ ਜਿਹੜੇ ਪਰਿਵਾਰਾਂ ਦੇ ਬੱਚੇ ਇਕੱਲੇ ਇਕੱਲੇ ਪਰਿਵਾਰ ਆ ਬੱਚੇ ਘਰੋਂ ਇਹਨਾਂ ਕੰਮਾਂ 'ਚ ਜਦੋਂ ਪੈਂਦੇ ਆ ਘਰੋਂ ਸਮਾਨ ਵੀ ਚੱਕ ਕੇ ਲੈ ਕੇ ਜਾਂਦਾ ਮਾਂ ਪਿਓ ਦਾ ਆਰਥਿਕ ਨੁਕਸਾਨ ਵੀ ਕਰਦੇ ਆ ਜਿਹਨੂੰ ਦੇਖ ਕੇ ਮਾਂ ਪਿਓ ਖੁਦਕੁਸ਼ੀਆਂ ਵੀ ਕਰਦੇ ਆ ਐਡੇ ਵੱਡੇ ਦੋਸ਼ੀ ਆ ਤੁਸੀਂ ਗੁਰੂ ਘਰ ਦੇ ਵਜ਼ੀਰ ਹੋ ਕੇ ਤੁਸੀਂ ਕਿਹੋ ਜਿਹੇ ਗਲਤ ਕੰਮ ਕਰਦੇ ਆ ਦੇਖੋ ਤੁਸੀਂ ਇਹ ਸੋਚੋ ਇਹਦੇ ਬਾਰੇ ਨਹੀਂ ਮੈਨੂੰ ਮੈਂ ਇਸ ਗੱਲ ਦਾ ਪਛਤਾਵਾ ਕਰਦਾ ਹੁਣ ਜੀ ਸਰਕਾਰ ਵੀ ਪੂਰਾ ਨਹੀਂ ਕੀਤਾ ਜਾ ਰਿਹਾ ਸੀ ਸਰਕਾਰ ਦੇ ਮੱਝੇ ਦਾ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਸੀ ਕੀਤਾ ਜਾਂਦਾ नहीं नहीं है वह कुछ चूहे नहीं मीना जी सी तो वैसे ना सरकार पूरा करते नहीं चूहे ने खेता कुत्ता करके चूहे आ जाते हैं बंदे सही समान संभाल नहीं नहीं आगे आप देख लो सफाई तो सी पर चूहे दी मिंगना करके ज़्यादा काम खराब हो ਤੁਹਾਨੂੰ ਇਸ ਗੱਲ ਦੀ ਸਜ਼ਾ ਤਾਂ ਮਿਲਣੀ ਚਾਹੀਦੀ ਤੁਸੀਂ ਮੰਨਦੇ ਹੋ ਜੀ ਗੱਲ ਮੈਂ ਪਛਤਾਵਾ ਕਰਦਾ ਵਾਂ ਇਹ ਗੱਲ ਸਜ਼ਾ ਮਿਲਣੀ ਚਾਹੀਦੀ ਮੈਂ ਗੱਲ ਦਾ ਪਛਤਾਵਾ ਕਰਦਾ ਹਾਂ।